ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਭਗਵੰਤ ਮਾਨ ਵੱਲੋਂ ਅੱਜ ਸੁਨਾਮ ਵਿਖੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਹਰਬੰਸ ਸਿੰਘ ਜੁਆਇੰਟ ਪੰਜਾਬ, ਗੁਰਿੰਦਰਪਾਲ ਸਿੰਘ ਗਰੇਵਾਲ, ਕਾਲਾ ਮਿਸਤਰੀ ਹਰਮੀਤ ਵਿਰਕ ਅਤੇ ਅਵਤਾਰ ਸੰਧੇ ਆਦਿ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਸ੍ਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ, ਡੈਡੀਕੇਟਡ ਵਰਕਰਸ, ਬੁਲੰਦੀ ਸਾਹਿਬਾਨ, ਅਹੁਦੇਦਾਰ ਸਾਹਿਬਾਨ, ਇੱਥੇ ਕੋਈ ਅੱਜ ਪ੍ਰਦਰਸ਼ਨ ਲਈ ਨਹੀਂ ਆਏ, ਜਸਟ ਇੱਕ ਦਫ਼ਤਰ ਮੇਨ ਰੋਡ 'ਤੇ ਕੋਈ ਆਉਂਦੇ ਜਾਂਦੇ, ਇੱਥੇ ਉਹਨਾਂ ਨੇ ਕਿਹਾ ਕਿ ਸਾਡੇ ਦਫ਼ਤਰ ਦਾ ਜੋ ਉਦਘਾਟਨ ਇੱਥੇ ਕਰ ਜਿਓ ਕਿ ਮਟੀਰੀਅਲ ਵਗੈਰਾ ਪੋਸਟਰ ਵਗੈਰਾ ਪਿੰਡਾਂ 'ਚ ਜਾਂਦੇ ਨੇ। ਸਾਡੇ MLA ਸੁਨਾਮ ਤੋਂ ਅਮਨ ਅਰੋੜਾ ਜੀ, ਉਹ ਅੱਜ ਜਲੰਧਰ ਅਤੇ ਗੁਰਦਾਸਪੁਰ ਉਹਨਾਂ ਦੀ ਮੀਟਿੰਗ 'ਤੇ ਲਾਈ ਗਿਆ ਕਿ ਕਾਗਜ਼ ਪੜ੍ਹਾ ਕੇ ਆਓ। ਮੈਂ ਹੁਣ ਮੈਂ ਵੀ ਪਟਿਆਲੇ ਜਾਊਂਗਾ, ਪਟਿਆਲੇ ਵਾਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਕਾਗਜ਼ ਭਰਾਉਣੇ ਨੇ, ਅਤੇ ਕਿਉਂਕਿ ਉਹ ਕੰਪੇਨ ਕਮੇਟੀ ਦੇ ਚੇਅਰਮੈਨ ਨੇ, ਇਸ ਕਰਕੇ ਉਹਨਾਂ ਨੂੰ ਸਾਰੇ ਪੰਜਾਬ 'ਚ ਜਾਣਾ ਪੈ ਰਿਹਾ, ਤਾਂ ਉਹਨਾਂ ਦੀ ਜਿਹੜੀ ਗੈਰ ਹਾਜ਼ਰੀ ਉਹ ਆਪਾਂ ਰੜਕਣ ਨਹੀਂ ਦੇਣੀ। ਪਿੰਡਾਂ 'ਚ ਵੀ ਜਾਣਾ, ਜਿਵੇਂ ਜਿਵੇਂ ਪਾਰਟੀ ਡਿਊਟੀ ਲਾਉਂਦੀ ਰਹੂ, ਕਾਗਜ਼ ਮੈਂ ਵੀ ਕੱਲ੍ਹ ਨੂੰ ਕਾਗਜ਼ ਭਰੂੰਗਾ, ਪਰ ਬਹੁਤ ਹੀ ਸਿੰਪਲ ਤਰੀਕੇ ਨਾਲ ਭਰਦੇ, ਕੋਈ ਆਪਾਂ ਕੋਈ ਉੱਥੇ ਰਸ਼ ਨਹੀਂ ਕਰਨਾ। ਇੱਕ ਗੱਡੀ 'ਚ ਬਹਿ ਕੇ ਚਾਰ MLA, ਇੱਕ ਮੇਰੀ ਮੰਮੀ, ਅਸੀਂ 5 ਜਣੇ ਜਾਵਾਂਗੇ, ਕਾਗਜ਼ ਭਰ ਆਵਾਂਗੇ। ਕਿਉਂਕਿ ਪਿਛਲੀ ਵਾਰ ਆਪਾਂ ਨੂੰ ਇਕੱਠ ਦਿਖਾਉਣਾ ਪੈਣਾ ਸੀ, ਆਪਾਂ ਨਵੇਂ ਸੀ, ਤਾਂ ਕਿ ਲੋਕਾਂ ਨੂੰ ਯਕੀਨ ਹੋਵੇ ਕਿ ਲੋਕ ਸਾਡੇ ਨਾਲ ਨੇ। ਹੁਣ ਲੋਕਾਂ ਨੇ ਆਪਾਂ ਨੂੰ ਯਕੀਨ ਦਵਾਇਆ ਹੋਇਆ ਕਿ ਅਸੀਂ ਤੁਹਾਡੇ ਨਾਲ ਹਾਂ, ਅਸੀਂ ਫਸਲਾਂ ਸਾਂਭਲੀਏ, ਤੁਸੀਂ ਆਪਣਾ ਕਾਗਜ਼ ਪੱਤਰ ਦਾ ਕੰਮ ਕਰ ਲਓ। ਸੋ ਉਹੀ ਤੇਲ ਜਿਹੜਾ ਕੱਲ੍ਹ ਨੂੰ ਅਸੀਂ ਤੁਹਾਨੂੰ ਬੁਲਾ, ਠੀਕ ਹੈ ਨਾ, ਫਸਲਾਂ ਸੰਭਾਲ ਲਓ, 2-4 ਦਿਨ ਦਾ ਸੀਜ਼ਨ ਰਹਿ ਗਿਆ ਬਸ। ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਪਿੰਡਾਂ ਦੇ ਵਿੱਚ ਮੈਂ ਦੇਖਿਆ, ਕੱਲ੍ਹ ਵੀ ਮੈਂ ਦੇਰ ਰਾਤ ਤਪੇ ਸੀਗਾ ਪਿੰਡਾਂ 'ਚ ਸੀਗਾ, ਤਾਂ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਜਿਹੜਾ ਰਿਸਪੋਂਸ ਹੈ ਉਹ ਇਸ ਵਾਰ ਆ ਰਿਹਾ। ਔਰ ਕੱਲ੍ਹ ਕੈਪਟਨ ਸਾਹਿਬ ਦਾ ਬਿਆਨ ਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਨੇ ਕਿਹਾ ਇੱਥੇ ਮੈਨੂੰ ਕਈ ਵਾਰੀ ਆਉਣਾ ਪਊ, ਕਿਉਂਕਿ ਇੱਥੇ ਭਗਵੰਤ ਮਾਨ ਖੜ੍ਹਾ, ਤਾਂ ਮੈਂ ਉਹਦਾ ਪੱਤਰਕਾਰਾਂ ਨੂੰ ਜਵਾਬ ਦੇ ਕੇ ਆਇਆ, ਮੈਂ ਕਿਹਾ ਇਕੱਲੇ ਕੈਪਟਨ ਸਾਹਿਬ ਨੂੰ ਨਹੀਂ, ਇੱਥੇ ਸੋਨੀਆ ਗਾਂਧੀ ਨੂੰ ਵੀ ਆਉਣਾ ਪਊ, ਰਾਹੁਲ ਗਾਂਧੀ ਨੂੰ ਵੀ ਆਉਣਾ ਪਊ, ਬਹੁਤ ਸਾਰਾ ਆਉਣਾ ਪਊ। ਪਿਛਲੀ ਵਾਰ ਵੀ ਸੋਨੀਆ ਗਾਂਧੀ ਆਏ ਸੀ ਬਰਨਾਲੇ, ਸੋ ਇੱਥੇ ਪਕਾਉਣਾ ਪਊ। ਸੋ ਇਹਨਾਂ ਦਾ ਵਾਰ ਵਾਰ ਮੇਰਾ ਨਾਂ ਲੈ ਕੇ ਇਲਜ਼ਾਮ ਲਾਉਣੇ, ਇਸ ਗੱਲ ਦਾ ਸਬੂਤ ਹੈ ਕਿ ਇਹ ਡਰ ਚੁੱਕੇ ਨੇ, ਇਹਨਾਂ ਨੂੰ ਪਤਾ ਲੱਗ ਗਿਆ। ਸੋ ਜਿੰਨੇ ਮਰਜ਼ੀ ਇਹ ਹੱਥ ਕੰਡੇ ਬਣਾ ਲੈਣ, ਸੰਗਰੂਰ ਦੇ ਸੁਨਾਮ ਦੇ ਬਰਨਾਲੇ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਸਾਨੂੰ ਕੋਈ ਇਹੋ ਜਿਹਾ ਸਾਡੇ ਆਪਦਾ ਮੁੰਡਾ ਮਿਲ ਗਿਆ ਜਿਹੜਾ ਸਾਡੀਆਂ ਸਮੱਸਿਆਵਾਂ ਨੂੰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਜਾਣਦਾ ਹੈ, ਜਿਹੜਾ ਮਸਲਿਆਂ ਨੂੰ ਹੱਲ ਕਰਾਉਣ ਜਾਣਦਾ ਹੈ, ਜਿਹੜਾ ਪਾਰਲੀਮੈਂਟ ਦੇ ਵਿੱਚ ਡਿਬੇਟਾਂ ਦੇ ਵਿੱਚ ਸਾਡੇ ਜਿਹੜੇ ਮਸਲੇ ਨੇ ਉਹਨਾਂ ਨੂੰ ਉਹਨਾਂ 'ਤੇ ਵਿਚਾਰ ਕਰਵਾਉਣ ਜਾਣਦਾ। ਸੋ
ਜਿਹੜਾ ਇਮਾਨਦਾਰੀ ਨਾਲ ਪੈਸੇ ਵੰਡ ਕੇ ਉਹਦਾ ਹਿਸਾਬ ਦਿੰਦਾ, ਇਹ ਸ਼ਗਲ ਇਹ ਲੋਕਾਂ ਨੇ ਫੈਸਲਾ ਕਰ ਲਿਆ ਅਤੇ ਆਪਾਂ ਮਿਹਨਤ ਨਹੀਂ ਛੱਡਣੀ। ਇਹ ਨਹੀਂ ਸੋਚਣਾ ਕਿ ਚਲੋ ਜਿੱਤ ਹੀ ਪਏ ਹਾਂ ਜੀ, ਇਸ ਤਰ੍ਹਾਂ ਨਹੀਂ ਹੁੰਦਾ। ਜਿੰਨਾ ਚਿਰ ਰੀਵਨ 'ਚ ਨਹੀਂ ਵੱਜਦੇ। ਇਸ ਮੌਕੇ ਲਾਈਫ ਰੰਗ ਮੀਡੀਆ ਦੇ ਉੱਘੇ ਪੱਤਰਕਾਰ ਅਤੇ ਗੀਤਕਾਰ ਤੇਜੀ ਸਜੂਮਾ ਨੂੰ ਸ੍ਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।